ਇੱਕ 9ਵੀਂ ਕਲਾਸ ਦੇ ਵਿਦਿਆਰਥੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਮਾਮਲਾ ਨੰਗਲ ਤੋਂ ਸਾਹਮਣੇ ਆਇਆ, ਜਿੱਥੇ ਕਿ 9ਵੀਂ ਕਲਾਸ ਦੇ ਵਿਦਿਆਰਥੀ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਕੁੱਟਮਾਰ ਕਰਨ ਦੇ ਇਲਜ਼ਾਮ ਉਸਦੇ ਨਾਲ ਦੇ ਹੀ ਸਾਥੀਆਂ ਦੇ ਉੱਤੇ ਲੱਗੇ ਨੇ। ਕਿਹਾ ਜਾ ਰਿਹਾ ਕਿ ਆਪਸ ਦੇ ਵਿੱਚ ਪਹਿਲਾਂ ਕਈ ਦਿਨਾਂ ਤੋਂ ਬਹਿਸਬਾਜ਼ੀ ਚੱਲ ਰਹੀ ਸੀ, ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਉਸਨੂੰ ਕਾਫ਼ੀ ਧਮਕੀਆਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਨੂੰ ਫੋਨ ਕਰਕੇ ਇੱਕ ਥਾਂ ਦੇ ਉੱਤੇ ਬੁਲਾਇਆ ਵੀ ਗਿਆ ਸੀ, ਪਰ ਉਹ ਜਦੋਂ ਉੱਥੇ ਨਹੀਂ ਗਿਆ ਤਾਂ ਉਹ ਜਦੋਂ ਟਿਊਸ਼ਨ ਤੋਂ ਪੜ੍ਹ ਕੇ ਵਾਪਿਸ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਨੂੰ ਘੇਰ ਕੇ ਉਸਦੇ ਨਾਲ ਕੁੱਟਮਾਰ ਕੀਤੀ ਗਈ। ਲਾਠੀ ਡੰਡਿਆਂ ਦੇ ਨਾਲ ਉਸਦੇ ਉੱਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਫਿਲਹਾਲ ਹੁਣ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਭਾਈ ਮੇਰਾ ਨਾਮ ਹਰਸ਼ ਆ, ਮੈਂ ਡੀ ਏ ਵੀ ਸਕੂਲ ਪੜ੍ਹਦਾ ਆ ਤੇ 3-4 ਦਿਨਾਂ ਤੋਂ ਨਾ ਮੁੰਡੇ ਉਹਦੇ ਧੱਗੇ ਧੁੱਗੇ ਮਾਰਦੇ ਸੀ ਵਿੱਚ, ਤੇ ਉਹਦਾ ਉਹਦੇ ਆਈਡੀ ਦੇ ਜਿਹਦੇ ਉਹਦੇ ਮੈਸੇਜ ਮੂਸੀ ਜਾਣ ਲੱਗੇ, ਲਾਈ ਲੜੋਈ ਦੇ ਭੇਜ ਦਿੱਤੇ ਫਲਾਣ, ਕੋਈ ਗੱਲ ਨੀ ਹੋਈ ਏਦਾਂ। ਤੇ ਉਹਨਾਂ ਨੇ ਮੈਨੂੰ ਅਜੇ ਦੁਪਹਿਰੇ ਵੀ ਬੁਲਾਇਆ ਸਕੂਲ ਦੇ ਬਲ, ਕਹਿੰਦੇ ਦਾਣਾ ਮੰਡੀ ਆ ਜੀ। ਉਦੋਂ ਮੈਂ ਦਾਣਾ ਮੰਡੀ ਨਹੀਂ ਗਿਆ, ਤੇ ਘੰਟੇ ਕੁ ਬਾਅਦ ਉਹਨਾਂ ਦਾ ਫੋਨ ਆਇਆ, ਬਈ ਤੂੰ ਦਾਣਾ ਮੰਡੀ ਕਿਉਂ ਨੀ ਆਇਆ। ਮੈਂ ਉਹਨੂੰ ਉਦੇ ਕਿਹਾ, ਮੈਂ ਕਿਹਾ ਮੈਂ ਆਇਆ ਸੀਗਾ ਪਰ ਤੁਸੀਂ ਨੀ ਆਏ ਸੀਗੇ ਉੱਤੇ। ਫਿਰ ਉੱਧਰ ਚੱਲ ਗਏ, ਫਿਰ ਮੈਂ ਟਿਊਸ਼ਨ ਚੱਲ ਗਿਆ ਸੀਗਾ, ਟਿਊਸ਼ਨ ਤੋਂ ਜਦੋਂ ਜਾਣ ਲੱਗਾ ਮੈਂ ਘਰੇ ਜਾਣ ਲੱਗਾ, ਉਦੋਂ ਉਹਨਾਂ ਨੇ ਕੀ ਕੀਤਾ, ਉਹ ਰਾਹ ਚ ਮਗਨ ਲੱਗ ਗਿਆ ਮੇਰੇ। ਮੈਂ ਭੱਜਦਾ ਭੱਜਦਾ ਜਦੋਂ ਇੱਥੇ ਇੱਧਰ ਪਹੁੰਚਿਆ, ਦਾਣਾ ਮੰਡੀ ਕੋਲ ਪਹੁੰਚਿਆ, ਉਧਰੋਂ ਵੀ ਮੋਟਰਸਾਈਕਲ ਆਉਂਦੇ, ਮੈਂ ਦਾਣਾ ਮੰਡੀ ਅੰਦਰ ਕੀਤਾ ਮੋਟਰਸਾਈਕਲ, ਉਹ ਸਾਰੇ 30-35 ਬੰਦੇ ਸੀਗੇ ਗੱਡੀ ਗੁੱਡੀ ਦੇ ਵਿੱਚ ਆਏ, ਉਹ ਫਿਰ ਉਹਨਾਂ ਨੇ ਗੁੱਟਣ ਲੱਗ ਪਿਓ ਸੀਗੇ 30-35 ਬੰਦੇ। ਤੇਰਾ ਤਾਂ ਕੀ ਨਾਮ ਤੁਹਾਡਾ? ਹਰਸ਼ ਭਾਜੀ। ਕਿੰਨਵੀਂ ਚ ਪੜ੍ਹਦੇ ਆ ਤੁਸੀਂ? 9ਵੀਂ ਚ। 9ਵੀਂ ਕਲਾਸ ਚ ਪੜ੍ਹਦੇ ਆ? ਹਾਂਜੀ ਹਾਂਜੀ। ਕਿੰਨੀ ਉਮਰ ਤੁਹਾਡੀ? ਮੇਰੀ ਭਾਜੀ 15 ਸਾਲ ਲੱਗਾ। 15 ਸਾਲ ਤੁਹਾਡੇ ਪ੍ਰਿੰਸੀਪਲ ਨੂੰ ਪਤਾ ਵੀ ਲੜਾਈ ਝਗੜਾ ਹੋ ਰਿਹਾ ਮਗਰ ਸਕੂਲ ਦੇ? ਨਹੀਂ ਭਾਜੀ। ਸਕੂਲ ਨੂੰ ਜਾਣਕਾਰੀ ਆ? ਨਹੀਂ। ਤੇ ਘਰਦਿਆਂ ਨੂੰ ਜਾਣਕਾਰੀ ਹੈ? ਤੁਹਾਡੇ ਪਰਿਵਾਰ ਨੂੰ? ਹਾਂਜੀ। ਪਰਿਵਾਰ ਨੂੰ ਤੁਸੀਂ ਦੱਸਿਆ ਵੀ ਲੜਾਈ ਝਗੜਾ ਮੇਰਾ ਮੈਨੂੰ ਘੇਰ ਰਿਹਾ ਰਸਤੇ 'ਚ? ਰਸਤੇ 'ਚ ਸੱਜ ਘੇਰਿਆ ਨਾ, ਸਕੂਲੇ ਧੱਕੇ ਧੁੱਕੇ ਦਿੰਦੇ, ਜਿਵੇਂ ਮਾੜੀ ਮੋਟੀ ਗੱਲ ਜਿੱਦਾਂ ਕਹਿਣ ਲੱਗ ਪੈਂਦੇ ਕੀ ਹੋਇਆ ਤੈਨੂੰ, ਉਹ ਮੁੰਡਾ ਪਤਲਾ ਨਾ ਤੇ ਉਹਨੇ ਮੈਨੂੰ ਉਸ ਦਿਨ ਧੱਕਾ ਦਿੱਤਾ। ਕੀ ਮਾਰਿਆ ਤੁਹਾਡੇ ਅੱਜ? ਅੱਜ ਤਾਂ ਭਾਈ ਬਹੁਤ ਕੁਛ ਸੀਗਾ ਉਹਨਾਂ ਕੋਲ, ਬਹੁਤ ਸਮਾਨ ਸੀ, ਡੰਡੇ ਸੀਗੇ, ਬਹੁਤ ਕੁਛ ਦਿੱਤੀ ਮਹਿੰਦੀ ਇਕੱਲਾ ਇਕੱਲਾ ਮਾਰ ਦੇਵੇ, ਨਾਲ ਵੀਡੀਓ ਬਣਾ ਕੇ ਲੈ ਕੇ ਤੁਹਾਡੀ ਵੀਡੀਓ ਬਣਾ ਕੇ ਖੁੱਲ ਕੇ। ਹਾਂਜੀ ਹਾਂਜੀ। ਠੀਕ ਹੈ। ਕੀ ਕਰਦੇ, ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਤੋਂ? ਬਸ ਇਨਸਾਫ ਮਿਲੇ ਜੀ। ਮੁੰਡੇ ਦਾ ਨਾਂ ਹਰਸ਼ ਹੈ, ਇਹ ਹੈਗਾ ਜੀ ਪੈਪਸੀ ਦੇ ਲਾਗੇ। ਹਾਂਜੀ, ਪੈਪਸੀ ਦੇ ਲਾਗੇ ਰਹਿੰਦਾ ਹੈ ਅਤੇ ਇਹਦੇ ਮੁੰਡੇ ਨਾਲ ਲੜਾਈ ਹੋਈ ਹੈ। ਹਾਂ, ਇਸ ਸੰਬੰਧੀ ਮੈਂ ਜਿਹੜੀ ਹੈ ਇਹਦੇ ਜੋ ਵੀ ਬਿਆਨ ਲਿਖਾਊਗਾ ਉਹਦੇ ਆਧਾਰ 'ਤੇ ਕਾਰਵਾਈ ਕਰਾਂਗੇ। ਅੱਛਾ, ਕੀ ਲੱਗਦਾ ਮੁੰਡੇ ਨੇ ਕੀ ਦੱਸਿਆ? ਮੁੰਡੇ ਨੇ ਦੱਸਿਆ ਵੀ ਸਾਡੀ ਸਕੂਲ ਦੇ ਵਿੱਚ ਪਹਿਲਾਂ ਮਾੜੀ ਮੋਟੀ ਤਕਰਾਰਬਾਜ਼ੀ ਹੈਗੀ। ਹਾਂ, ਇਸ ਸੰਬੰਧੀ ਜਿਹੜਾ ਅੱਜ ਫਿਰ ਮੈਨੂੰ ਆ ਕੇ ਇਹਨਾਂ ਦਾ। ਕਿੰਨਵੀਂ 'ਚ ਪੜ੍ਹਦਾ ਮੁੰਡਾ ਇਹ? ਮੁੰਡਾ 7ਵੀਂ ਕਲਾਸ 'ਚ ਪੜ੍ਹਦਾ। 7ਵੀਂ 'ਚ ਕਿਹੜੇ ਸਕੂਲ? ਡੀ ਏ ਵੀ ਸਕੂਲ 'ਚ। ਓਕੇ ਓਕੇ, ਕੀ ਕਾਰਵਾਈ ਆ? ਕਾਰਵਾਈ ਕਰਾਂਗੇ ਬਾਅਦ 'ਚ, ਜੋ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਹੋਵੇਗੀ।